ਕੰਵਰ ਸ਼ੇਰਪਾਲ ਸਿੰਘ ਅਗਲੇ ਕੈਂਡੀਡੇਟ PSPCL ਫਰੀਦਕੋਟ ਤੋਂ। ਫਰੀਦਕੋਟ ਤੋਂ ਕਿਹੜਾ ਪਿੰਡ ਹੈ? ਸ਼ਹਿਰ ਤੋਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮਾਈਕ ਥੋੜ੍ਹੇ ਨੇੜੇ ਲੱਗ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰਾ ਨਾਮ ਕੰਵਰ ਸ਼ੇਰਪਾਲ ਸਿੰਘ। ਸਰ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਤੁਹਾਡੇ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ। ਸਰ ਮੇਰੀ ਪਹਿਲੀ ਜੋਬ ਰਹੀ ਗੌਰਮੈਂਟ ਵਿੱਚ, ਪਹਿਲਾਂ ਮੈਂ ਪ੍ਰਾਈਵੇਟ ਜੋਬ ਕਰਦਾ ਸੀ। ਮੇਰੇ ਤੇ ਮਨ 'ਚ ਵੀ ਖਿਆਲ ਵੀ ਆਇਆ ਵੀ ਬਾਹਰ ਚਲੇ ਜਾਵਾਂ, ਕੋਸ਼ਿਸ਼ ਹੀ ਕੀਤੀ ਬਾਹਰ ਜਾਵਾਂ, ਪਰ ਮੇਰੀ ਇੱਧਰ ਭਰਤੀ ਹੋ ਗਈ, ਹੁਣ ਇੱਧਰ ਜਾਣਾ। ਅੱਛਾ, ਕਿਆ ਬਾਤ ਹੈ। ਮੇਰੇ ਸਾਰੇ ਬੱਚੇ ਸਰ ਬਾਹਰ, ਕਿਉਂਕਿ ਫਰੀਦਕੋਟ ਤੁਹਾਨੂੰ ਪਤਾ ਹੈ ਕਿੰਨਾ ਡਿਵੈਲਪ ਹੋਇਆ ਨਹੀਂ ਜਾ ਕੇ। ਸਾਰੇ ਮੇਰੀ ਜਿਵੇਂ ਐਜੂਕੇਸ਼ਨ ਹੈ ਬਾਹਰ ਹੀ ਹੋਈ ਹੈ ਸਾਰੀ, ਪਟਿਆਲੇ ਪੜ੍ਹੇ ਹੋਏ ਜਾਂਦੀ। ਅਤੇ ਕਿੱਥੇ ਜਾਣਾ ਸੀ? ਕੈਨੇਡਾ ਕਨੂਡਾ? ਹਾਂਜੀ, ਕੈਨੇਡਾ ਜਾਣਾ। ਪੈਸੇ ਕਰ ਲਏ ਸੀ ਤਿਆਰ? ਹਾਂਜੀ, ਸਾਰਾ ਕੁਛ ਤਿਆਰ। ਬੱਚਿਆਂ ਨੂੰ ਸਰ ਬਹੁਤ ਉਮੀਦਾਂ ਸਰ ਤੁਹਾਡੇ ਤੋਂ ਵੀ ਹੋਰ ਕਰਾਂਗੇ। ਤੁਸੀਂ ਵੀ ਇਹਨੂੰ ਆਖਰੀ ਜੋਬ ਨਾ ਸਮਝਿਓ, ਨਾ ਹੀ ਪਹਿਲੀ ਸਮਝਿਓ। ਹੋਰ ਪੜ੍ਹੋ, ਪੜ੍ਹ ਕੇ ਹੋਰ ਵੱਡੀਆਂ ਨੌਕਰੀਆਂ ਲੈ ਲਓ। ਕਿਹੜੀ ਗੱਲ, ਸਗੋਂ ਹੁਣ ਮੌਕਾ ਮਿਲ ਜੂਗਾ। ਜੇ ਹਰਾ ਪੈਨ ਚੱਲਦਾ ਰਹੂਗਾ, ਕੋਈ ਗੱਲ ਨੀ। ਬਹੁਤ ਮਿਹਰਬਾਨੀ ਕੰਵਰ ਸ਼ੇਰਪਾਲ। ਇਹ ਸੀ ਉਹ ਨੌਜਵਾਨ ਜਿਸਨੇ ਰਿਵਰਸ ਮਾਈਗ੍ਰੇਸ਼ਨ ਦੀ ਐਗਜ਼ਾਮਪਲ ਦਿੱਤੀ ਸਾਨੂੰ, ਕੰਵਰ ਸ਼ੇਰਪਾਲ ਸਿੰਘ, ਅਗਲੇ ਕੈਂਡੀਡੇਟ PSPCL ਫਰੀਦਕੋਟ ਤੋਂ। ਫਰੀਦਕੋਟ ਤੋਂ ਕਿਹੜਾ ਪਿੰਡ ਹੈ? ਸ਼ਹਿਰ ਤੋਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮਾਈਕ ਥੋੜ੍ਹੇ ਨੇੜੇ ਲੱਗ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰਾ ਨਾਮ ਕੰਵਰ ਸ਼ੇਰਪਾਲ ਸਿੰਘ। ਸਰ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਤੁਹਾਡੇ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ। ਸਰ ਮੇਰੀ ਪਹਿਲੀ ਜੋਬ ਰਹੀ ਗੌਰਮੈਂਟ ਵਿੱਚ, ਪਹਿਲਾਂ ਮੈਂ ਪ੍ਰਾਈਵੇਟ ਜੋਬ ਕਰਦਾ ਸੀ। ਮੇਰੇ ਤੇ ਮਨ 'ਚ ਵੀ ਖਿਆਲ ਵੀ ਆਇਆ ਵੀ ਬਾਹਰ ਚਲੇ ਜਾਵਾਂ, ਕੋਸ਼ਿਸ਼ ਹੀ ਕੀਤੀ ਬਾਹਰ ਜਾਵਾਂ, ਪਰ ਮੇਰੀ ਇੱਧਰ ਭਰਤੀ ਹੋ ਗਈ, ਹੁਣ ਇੱਧਰ ਜਾਣਾ। ਅੱਛਾ, ਕਿਆ ਬਾਤ ਹੈ। ਮੇਰੇ ਸਾਰੇ ਬੱਚੇ ਸਰ ਬਾਹਰ, ਕਿਉਂਕਿ ਫਰੀਦਕੋਟ ਤੁਹਾਨੂੰ ਪਤਾ ਹੈ ਕਿੰਨਾ ਡਿਵੈਲਪ ਹੋਇਆ ਨਹੀਂ ਜਾ ਕੇ। ਸਾਰੇ ਮੇਰੀ ਜਿਵੇਂ ਐਜੂਕੇਸ਼ਨ ਹੈ ਬਾਹਰ ਹੀ ਹੋਈ ਹੈ ਸਾਰੀ, ਪਟਿਆਲੇ ਪੜ੍ਹੇ ਹੋਏ। ਅਤੇ ਕਿੱਥੇ ਜਾਣਾ ਸੀ? ਕੈਨੇਡਾ ਕਨੂਡਾ? ਹਾਂਜੀ, ਕੈਨੇਡਾ ਜਾਣਾ। ਪੈਸੇ ਕਰ ਲਏ ਸੀ ਤਿਆਰ? ਹਾਂਜੀ, ਸਾਰਾ ਕੁਛ ਤਿਆਰ। ਉਹਦਾ ਬਚ ਗਏ ਫਿਰ ਹੁਣ। ਸਾਰੇ ਵੀ ਪਰਿਵਾਰ ਵੀ ਕਹਿ ਰਹੇ, ਫਿਰ ਏਦਾਂ ਘਰੇ ਚਿੱਠੀ ਆਈ ਜਾ ਕੇ ਕਿਸੇ ਨੇ ਦੱਸਿਆ? ਫੋਨ ਆਇਆ ਸਰ ਮੈਨੂੰ PSPCL ਚ ਵੀ ਤੁਹਾਨੂੰ ਨੌਕਰੀ ਮਿਲ ਰਹੀ ਹੈ, 20 ਤਰੀਕ ਨੂੰ ਇੱਥੇ ਆ ਜਾਓ। ਮੈਨੂੰ ਇਹ ਉਮੀਦ ਹੈ ਤੁਸੀਂ ਅਗਲੀ ਵਾਰ ਤੁਹਾਡੀ ਸਰਕਾਰ ਹੀ ਬਣੂਗੀ। ਬੱਚਿਆਂ ਨੂੰ ਸਰ ਬਹੁਤ ਉਮੀਦਾਂ ਸਰ ਤੁਹਾਡੇ ਤੋਂ ਵੀ ਹੋਰ ਵੱਧ ਭਰਤੀ ਆਉਣੀ ਹੈ। ਕਰਾਂਗੇ। ਤੁਸੀਂ ਵੀ ਇਹਨੂੰ ਆਖਰੀ ਜੋਬ ਨਾ ਸਮਝਿਓ, ਨਾ ਹੀ ਪਹਿਲੀ ਸਮਝਿਓ। ਹੋਰ ਪੜ੍ਹੋ, ਪੜ੍ਹ ਕੇ ਹੋਰ ਵੱਡੀਆਂ ਨੌਕਰੀਆਂ ਲੈ ਲਓ। ਕਿਹੜੀ ਗੱਲ, ਸਗੋਂ ਹੁਣ ਮੌਕਾ ਮਿਲ ਜੂਗਾ। ਜੇ ਹਰਾ ਪੈਨ ਚਲਾਉਂਦੇ ਨੇ ਬਸ, ਹਰਾ ਪੈਨ ਚੱਲਦਾ ਰਹੂਗਾ, ਕੋਈ ਗੱਲ ਨਹੀਂ। ਬਹੁਤ ਮਿਹਰਬਾਨੀ ਕੰਵਰ ਸ਼ੇਰਪਾਲ। ਇਹ ਸੀ ਉਹ ਨੌਜਵਾਨ ਜਿਸਨੇ ਰਿਵਰਸ ਮਾਈਗ੍ਰੇਸ਼ਨ ਦੀ ਐਗਜ਼ਾਮਪਲ ਦਿੱਤੀ ਸਾਨੂੰ।